ਹੈਲੋ ਜੀ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਗੋਮਰਦੀ ਚੈਨਲ ਦੇ ਵਿੱਚ ਮੇਰੀਆਂ ਭੈਣਾਂ ਤੇ ਮੇਰੇ ਵੀਰਾਂ ਦਾ ਸਵਾਗਤ ਆ। ਹਾਂਜੀ ਅੱਜ ਆਪਾਂ ਬਣਾਵਾਂਗੇ ਗੋਭੀ ਦੇ ਪਕੌੜੇ ਬਹੁਤ ਹੀ ਟੇਸਟੀ ਟੇਸਟੀ ਤੇ ਬਹੁਤ ਹੀ ਲਾਜਵਾਬ ਸਭ ਦੀ ਪਸੰਦ ਹਰ ਕਿਸੇ ਨੂੰ ਜਿਹੜਾ ਪਕੌੜੇ ਆ ਬਹੁਤ ਹੀ ਜ਼ਿਆਦਾ ਪਸੰਦ ਹੁੰਦੇ ਆ। ਕਦੇ-ਕਦੇ ਜਿਹੜਾ ਪਕੌੜੇ ਖਾਣ ਦਾ ਮਨ ਕਰਿਆ ਆਉਂਦਾ ਹੈ ਪਕੌੜੇ ਬਣਾਉਣ ਦਾ ਤੇ ਲੋ ਜੀ ਆਪਾਂ ਇੱਧਰ ਆਪਾਂ 1 ਕਿਲੋ ਤੋਂ ਉੱਪਰ ਗੋਭੀ ਲੈ ਲਈ ਉਹਨੂੰ ਪਤਲੇ ਫੁੱਲਾਂ ਦੇ ਵਿੱਚ ਕੱਟ ਲਿਆ ਤੇ ਇੱਧਰ ਆਪਾਂ ਧਨੀਆ ਲੈ ਲਿਆ ਪਾਲਕ ਲੈ ਲਿਆ ਪਿਆਜ਼ ਲੈ ਲਿਆ ਇਹਨੂੰ ਪਤਲੇ-ਪਤਲੇ ਪੀਸਾਂ ਦੇ ਵਿੱਚ ਜਿਹੜਾ ਆ ਆਪਾਂ ਪਿਆਜ਼ ਨੂੰ ਕੱਟ ਲਿਆ ਤੁਸੀਂ ਚਾਹੋ ਤਾਂ ਨਾਲ ਜਿਹੜਾ ਆਲੂ ਵੀ ਲੈ ਸਕਦੇ ਆ ਇੱਧਰ ਆਪਾਂ ਦੋ ਕ ਹਰੀਆਂ ਮਿਰਚਾਂ ਕੱਟ ਲਈਆਂ ਇਹ ਆਪਣਾ ਲੈ ਲਿਆ ਜੀ ਲੂਣ ਮਿਰਚ ਤੇ ਹਲਦੀ ਮਸਾਲਾ ਇਹ ਆਪਣੇ 2-2 ਚਮਚੇ ਤੋਂ ਉੱਪਰ ਆ ਇੱਧਰ ਆਪਾਂ ਵੇਸਾਂ ਲੈ ਲਿਆ ਚਾਵਲਾਂ ਦਾ ਥੋੜਾ ਜਿਹਾ ਆਟਾ ਲੈ ਲਿਆ ਇੱਧਰ ਆਪਾਂ ਪਾਣੀ ਗਰਮ ਹੋਣ ਲਈ ਗੈਸ ਤੇ ਰੱਖਿਆ ਹੋਇਆ ਕਿਉਂਕਿ ਆਪਾਂ ਹਲਕਾ ਜਿਹਾ ਉਬਾਲਾ ਦਿਵਾਵਾਂਗੇ ਗੋਭੀ ਨੂੰ ਗੋਭੀ ਨੂੰ ਉਬਾਲਾ ਦਿਵਾਉਣ ਦੇ ਨਾਲ ਹਲਕਾ ਜਿਹਾ ਸੌਫਟ ਵੀ ਕਰਾਂਗੀ ਤੇ ਜਿਹੜੀ ਇਹ ਗੋਭੀ ਇਹ ਸਾਫ਼ ਵੀ ਹੋ ਜੂ ਗਰਮ ਪਾਣੀ ਦੇ ਨਾਲ ਵੈਸੇ ਤਾਂ ਗੋਭੀ ਨੂੰ ਪਹਿਲਾਂ ਜਿਹੜਾ ਮੈਂ ਧੋ ਲਿਆ ਸੀ ਚੰਗੀ ਤਰ੍ਹਾਂ ਸਾਫ਼ ਕਰ ਲਿਆ ਸੀ ਉਬਾਲਣ ਦੇ ਨਾਲ ਵੀ ਜਿਹੜਾ ਗੋਭੀ ਆ ਹਲਕਾ ਜਾਂ ਸੌਫਟ ਹੋ ਜਾਂਦੀ ਆ ਤੇ ਥੋੜਾ ਜਿਹਾ ਆਪਾਂ ਲੂਣ ਲੈ ਲਿਆ ਜ਼ਿਆਦਾ ਨਹੀਂ ਲਿਆ ਕਿਉਂਕਿ ਬਾਅਦ ਵਿੱਚ ਆਪਾਂ ਜਿਹੜਾ ਲੂਣ ਆ ਹੋਰ ਪਾਵਾਂਗੇ ਇਹਨੂੰ ਆਪਾਂ ਜ਼ਿਆਦਾ ਰਿਗਣਾ ਨਹੀਂ ਹੈਗਾ ਪਕਾਉਣਾ ਨਹੀਂ ਹੈਗਾ ਹਲਕਾ ਜਿਹਾ ਵਾਲਾ ਹੀ ਦਵਾਉਣਾ ਆ ਦੇਖੋ ਇਹਦਾ ਕਲਰ ਆ ਚੇਂਜ ਹੋ ਗਿਆ ਹੁਣ ਆਪਾਂ ਗੈਸ ਨੂੰ ਕਰਤਾ ਬੰਦ ਤੇ ਹੁਣ ਆਪਾਂ ਜਿਹੜਾ ਇਹਨੂੰ ਇੱਕ ਜਾਲੀ ਦੇ ਨਾਲ ਪਾੜ ਗਰਮ ਪਾਣੀ ਦੇ ਵਿੱਚੋਂ ਕੱਢ ਦਵਾਂਗੇ ਆ ਲਾਉ ਜੀ ਹੁਣ ਆਪਾਂ ਇਹਨੂੰ ਇੱਕ ਖੁੱਲੇ ਭਾਂਡੇ ਦੇ ਵਿੱਚ ਪਾ ਲਿਆ ਇਹਨੂੰ ਹਲਕਾ ਜਿਹਾ ਠੰਡਾ ਕਰ ਲਿਆ ਤੇ ਇੱਧਰ ਆਪਾਂ ਲੈ ਲਏ ਤਿੰਨ ਤੋਂ ਚਾਰ ਚਮਚ ਚੋਲਾ ਦਾ ਆਟਾ ਇਹਦੇ ਨਾਲ ਜਿਹੜੇ ਪਕੌੜੇ ਕ੍ਰਿਸਪੀ ਬਣ ਜਾਂਦੇ ਆ ਤੇ ਇੱਧਰ ਆਪਾਂ ਲੈ ਲਿਆ ਵੇਸਣ ਦੋ ਕੌਲੀ ਦੇ ਕਰੀਬ ਲੋੜ ਮੁਤਾਬਕ ਜਿਹੜਾ ਹੈ ਆਪਾਂ ਵੇਸਣ ਪਾਵਾਂਗੇ ਪਿਆਜ਼ ਪਾ ਲਿਆ ਹਰੀ ਮਿਰਚ ਪਾ ਲਈ ਧਨੀਆ ਪਾ ਲਿਆ ਪਾਲਕ ਪਾ ਲਿਆ ਪਾਲਕ ਦੇ ਨਾਲ ਜਿਹੜਾ ਪਕੌੜਿਆਂ ਦਾ ਕਲਰ ਵੀ ਬਹੁਤ ਸੋਹਣਾ ਲੱਗਦਾ ਤੇ ਟੇਸਟ ਵੀ ਬਹੁਤ ਵਧੀਆ ਆਉਂਦਾ ਤੇ ਇੱਧਰ ਆਪਾਂ ਲੈ ਲਏ ਜੀ ਲੂਣ ਮਿਰਚ ਮਸਾਲਾ ਹਲਦੀ ਜੀਰਾ ਹੁਣ ਆਪਾਂ ਲਵਾਂਗੇ ਧਨੀਆ ਪਾਊਡਰ ਤੁਸੀਂ ਚਾਹੋ ਤਾਂ ਸਾਫਤ ਧਨੀਆ ਵੀ ਪਾ ਸਕਦੇ ਉਹਦੇ ਨਾਲ ਵੀ ਜਿਹੜਾ ਪਕੌੜਿਆਂ ਦਾ ਟੇਸ ਤਾਂ ਬਹੁਤ ਵਧੀਆ ਲੱਗਦਾ ਹੁਣ ਆਪ ਸਾਰੇ ਨੂੰ ਜਿਹੜਾ ਮਿਸ਼ਰਣ ਨੂੰ ਮਿਕਸ ਕਰ ਲਵਾਂਗੇ ਚੰਗੀ ਤਰ੍ਹਾਂ ਕਿਉਂਕਿ ਕਦੇ-ਕਦੇ ਪਕੌੜੇ ਖਾਣ ਦਾ ਜਿਹੜਾ ਮਨ ਕਰਿਆ ਹੁੰਦਾ ਘਰਦਿਆਂ ਦੀ ਫਰਮਾਇਸ਼ ਹੋ ਜਾਂਦੀ ਆ ਬੱਚਿਆਂ ਦੀ ਕਰਦੇ ਫੈਮਿਲੀ ਮੈਂਬਰ ਦੀ ਵੀ ਪਕੌੜੇ ਬਣਾਓ ਖਾਣੇ ਆ ਜਦੋਂ ਮੌਸਮ ਥੋੜਾ ਠੰਡਾ ਹੋਵੇ ਤਾਂ ਤੇ ਤੁਸੀਂ ਵੀ ਜਰੂਰ ਬਣਾਇਓ ਟਰਾਈ ਕਰਿਆ ਜੋ ਬਹੁਤ ਵਧੀਆ ਲੱਗਦੇ ਆ ਲਓ ਜੀ ਆਪਾਂ ਪਾਣੀ ਜ਼ਿਆਦਾ ਨਹੀਂ ਲੈਣਾ ਬਿਲਕੁਲ ਹਲਕਾ ਹਲਕਾ ਪਾਣੀ ਪਾਵਾਂਗੇ ਥੋੜਾ ਥੋੜਾ ਕਰਕੇ ਜੇ ਆਪਾਂ ਜ਼ਿਆਦਾ ਪਾਣੀ ਪਾ ਲਿਆ ਫਿਰ ਜਿਹੜਾ ਆਪਣਾ ਮਿਸ਼ਰਣਾ ਕਾਫੀ ਜ਼ਿਆਦਾ ਪਤਲਾ ਹੋ ਜਾਊਗਾ ਹੁਣ ਆਪਾਂ ਜਿਹੜੇ ਆਪਾਂ ਗੋਭੀ ਲਈ ਆ ਇਹਨਾਂ ਤੇ ਆਪਾਂ ਜਿਹੜਾ ਵੇਸਣ ਦਾ ਕੋੜ ਚੰਗੀ ਤਰ੍ਹਾਂ ਕਰ ਲੈਣਾ ਆਪਾਂ ਬਾਕੀ ਬਚਿਆ ਹੋਇਆ ਵੇਸਣ ਵੀ ਜਿਹੜਾ ਆਪਾਂ ਪਾ ਲੈਣਾ ਕਿਉਂਕਿ ਮੈਨੂੰ ਵੇਸਣ ਜਿਹੜਾ ਘੱਟ ਲੱਗਦਾ ਲਓ ਜੀ ਆਪਾਂ ਜਿਹੜਾ ਬਾਕੀ ਵੇਸਣ ਸੀ ਉਹ ਵੀ ਪਾ ਲਿਆ ਤੇ ਚੰਗੀ ਤਰ੍ਹਾਂ ਆਪਾਂ ਜਿਹੜਾ ਗੋਭੀ ਨੂੰ ਵੇਸਣ ਦੇ ਨਾਲ ਜਿਹੜਾ ਕਵਰ ਕਰ ਲਿਆ। ਲਓ ਜੀ ਹੁਣ ਆਪਾਂ ਕੱਲਾ ਕੱਲਾ ਫੁੱਲ ਪਾਵਾਂਗੇ। ਇੱਧਰ ਆਪਣਾ ਜਿਹੜਾ ਤੇਲ ਆ ਪਹਿਲਾਂ ਹੀ ਗਰਮ ਹੋਣ ਲਈ ਰੱਖਿਆ ਹੋਇਆ ਸੀ ਕੜਾਈ ਦੇ ਵਿੱਚ। ਤੇਲ ਆ ਚੰਗੀ ਤਰ੍ਹਾਂ ਗਰਮ ਹੋ ਗਿਆ ਤੇ ਹੁਣ ਆਪਾਂ ਫਰਾਈ ਕਰਾਂਗੇ ਪਕੌੜੇ। ਜੇਕਰ ਆਪਾਂ ਹੱਥ ਦੇ ਨਾਲ ਪਾਵਾਂਗੇ ਤਾਂ ਫੇਰ ਜਿਹੜੇ ਕੱਲਾ ਕੱਲਾ ਫੁੱਲ ਨਹੀਂ ਬਣੂਗਾ। ਫੇਰ ਕਾਫੀ ਜ਼ਿਆਦਾ ਜਿਹੜੇ ਜੁੜ ਕੇ ਪਕੌੜੇ ਬਣਾਣਗੇ ਜੇ ਤੁਸੀਂ ਇਕੱਲਾ ਇਕੱਲਾ ਬਣਾਉਣਾ ਚਾਹੁੰਦੇ ਹੋ ਫੋਲ ਦਾ ਫਿਰ ਇਸ ਕਰਕੇ ਇਕੱਲਾ ਇਕੱਲਾ ਫੋਲ ਚੱਕੋ ਤੇ ਪਾਓ ਤੇਲ ਦੇ ਵਿੱਚ ਤੇ ਫਰਾਈ ਕਰੋ ਆ ਦੇਖੋ ਤੁਸੀਂ ਆਲੂ ਵੀ ਕੱਟ ਕੇ ਪਾ ਸਕਦੇ ਆ ਨਾਲ ਸ਼ਿਮਲਾ ਮਿਰਚ ਵੀ ਪਾ ਸਕਦੇ ਆ ਉਹ ਵੀ ਬਹੁਤ ਵਧੀਆ ਲੱਗਦੇ ਆ ਸ਼ਿਮਲਾ ਮਿਰਚ ਵਾਲੇ ਆਲੂ ਵਾਲੇ ਬਹੁਤ ਟੇਸਟੀ ਲੱਗਦੇ ਆ ਲਓ ਜੀ ਆਪਾਂ ਇਹਨਾਂ ਨੂੰ 골ਡਨ ਹੋਣ ਤੱਕ ਫਰਾਈ ਕਰ ਲਿਆ ਹਾਈ ਫਲੇਮ ਤੇ ਵੈਸੇ ਤਾਂ ਹਲਵਾਈ ਪਹਿਲਾਂ ਕੱਚੇ ਕਰ ਲੈਂਦੇ ਆ ਫੇਰ ਦੁਆਰਾ ਫੇਰ ਜਿਹੜਾ ਫਰਾਈ ਕਰਕੇ ਉਹਨਾਂ ਨੂੰ ਪੱਕੇ ਕਰ ਲੈਂਦੇ ਆ ਇਸੇ ਤਰ੍ਹਾਂ ਆਪਾਂ ਬਾਕੀ ਦਾ ਬੈਚ ਵੀ ਜਿਹੜਾ ਫਰਾਈ ਕਰ ਲੈਣਾ ਸਾਰੇ ਪਕੌੜੇ ਆ ਜਿਹੜੇ ਫਰਾਈ ਕਰ ਲਵਾਂਗੇ ਕੋਈ ਤਿਆਰ ਹੋਵੇ ਜਾਂ ਕਦੇ-ਕਦੀ ਵੈਸੇ ਹੀ ਮਨ ਕਰਿਆ ਆਉਂਦਾ ਜਿਵੇਂ ਕਿ ਹੁਣ ਗੋਭੀ ਆ ਕਾਫੀ ਬਾਜ਼ਾਰ ਦੇ ਵਿੱਚ ਆਈ ਹੋਈ ਆ ਦੇਖ ਕੇ ਤੁਹਾਡਾ ਵੀ ਦਿਲ ਕਰੇ ਤਾਂ ਜਰੂਰ ਬਣਾਇਓ ਪਕੌੜੇ ਤੇ ਖਾਇਓ ਜੇਕਰ ਪਕੌੜਿਆਂ ਦੇ ਵਿੱਚ ਅਨਾਰ ਦਾਣਾ ਪਾ ਲਈਏ ਉਹ ਵੀ ਉਹਦੇ ਨਾਲ ਵੀ ਜਿਹੜਾ ਪਕੌੜਿਆਂ ਦਾ ਟੇਸਟ ਬਹੁਤ ਵਧੀਆ ਬਣਦਾ ਸਾਬਤ ਧਨੀਏ ਦੇ ਨਾਲ ਵੀ ਪਕੌੜਿਆਂ ਦਾ ਜਿਹੜਾ ਟੇਸਟ ਆ ਬਹੁਤ ਹੀ ਵਧੀਆ ਬਣਦਾ ਕਲਰ ਬਹੁਤ ਸੋਹਣਾ ਬਣ ਰਿਹਾ ਫਰਾਈ ਹੋ ਕੇ ਜਪਾ ਹੱਥ ਦੇ ਨਾਲ ਪਾਵਾਂਗੇ ਤਾਂ ਫਿਰ ਜਿਹੜੇ ਆਪਣੇ 2-2 3-3 ਫੁੱਲ ਆ ਇਕੱਠੇ ਹੀ ਜਿਹੜੇ ਪੈ ਜਾਣਗੇ ਇਸ ਕਰਕੇ ਮੈਂ ਜਿਹੜਾ ਚਮਚ ਦੇ ਨਾਲ ਕੱਲਾ-ਕੱਲਾ ਫੁੱਲ ਪਾ ਰਹੀ ਆ ਤਾਂ ਕਿ ਜਿਹੜਾ ਇਹ ਆਪਣਾ ਪਕੌੜਾ ਇਹ ਗੋਭੀ ਦਾ ਉਹ ਕੱਲਾ-ਕੱਲਾ ਬਣੇ ਲੋ ਜੀ ਦੇਖ ਕੇ ਜਿਹੜਾ ਮੂੰਹ ਦੇ ਵਿੱਚ ਪਾਣੀ ਆ ਰਿਹਾ ਹੋਣਾ ਇਹ ਬੱਚੇ ਤਾਂ ਗੇੜੇ ਕਰਦੇ ਹੀ ਆ ਵੀ ਪਕੌੜੇ ਫਟਾਫਟ ਮਿਲ ਜਾਣ ਖਾਣ ਨੂੰ ਲਓ ਜੀ ਇਹ ਸੋ ਤਾਂ ਆਪਾਂ ਜਿਹੜਾ ਸਾਰੇ ਪਕੌੜੇ ਬਣਾ ਲੈਣੇ ਆ ਪਹਿਲਾਂ ਫਿਰ ਆਪਾਂ ਜਿਹੜਾ ਸਰਵ ਕਰ ਲਵਾਂਗੇ ਆ ਦੇਖੋ ਕਲਰ ਕਿੰਨਾ ਸੋਹਣਾ ਬਣ ਕੇ ਤਿਆਰ ਹੋਇਆ ਪਕੌੜਿਆਂ ਦਾ ਚੋਲਾਂ ਦੇ ਆਟਾ ਪਾਉਣ ਦੇ ਨਾਲ ਜਿਹੜੇ ਪਕੌੜੇ ਕ੍ਰਿਸਪੀ ਬਣ ਜਾਂਦੇ ਆ ਕਰਾਰੇ ਬਣ ਜਾਂਦੇ ਆ ਆ ਦੇਖੋ ਲਓ ਜੀ ਹੁਣ ਆਪਾਂ ਜਿਹੜਾ ਥੋੜਾ ਜਿਹਾ ਬਚੇ ਹੋਏ ਆ ਉਹ ਵੀ ਜਿਹੜਾ ਹੈ ਆਪਾਂ ਤੇਲ ਦੇ ਵਿੱਚ ਪਾ ਦਿੰਨੇ ਆ ਹਾਂਜੀ ਮੇਰੀਆਂ ਵੀਡੀਓ ਤੁਹਾਨੂੰ ਕਿਵੇਂ ਲੱਗਦੀਆਂ ਵਧੀਆ ਲੱਗਦੀਆਂ ਹੁੰਦੀਆਂ ਤਾਂ ਪਲੀਜ਼ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਲਾਈਕ ਤੇ ਕਮੈਂਟਾਂ ਵਿੱਚ ਜ਼ਰੂਰ ਦੱਸਿਆ ਲਾਈਕ ਵੀ ਕਰ ਦਿਆ ਕਰੋ ਵਧੀਆ ਲੱਗਦੀਆਂ ਹੁੰਦੀਆਂ ਤਾਂ ਕਮੈਂਟਾਂ ਵਿੱਚ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਮੇਰੀਆਂ ਵੀਡੀਓ ਕਿਵੇਂ ਲੱਗਦੀਆਂ ਤੇ ਜਿਨ੍ਹਾਂ ਨੇ ਮੇਰੇ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਜ਼ਰੂਰ ਕਰਿਆ ਜੋ ਕਿਉਂਕਿ ਤੁਹਾਡੇ سپورਟ ਦੀ ਬਹੁਤ ਲੋੜ ਆ ਤੁਹਾਡੇ سپورਟ ਦੇ ਨਾਲ ਹੀ ਚੈਨਲ ਨੇ ਜਿਹੜਾ ਮੈਂ ਤੇ ਮੇਰੇ ਚੈਨਲ ਨੇ ਅੱਗੇ ਵਧਣਾ ਹੈ ਲਓ ਜੀ ਪਕੌੜੇ ਆਪਣੇ ਬਣ ਕੇ ਹੋ ਗਏ ਸਾਰੇ ਤਿਆਰ ਤੇ ਹੁਣ ਆਪਾਂ ਜਿਹੜਾ ਸਰਵ ਕਰਾਂਗੇ ਲਓ ਜੀ ਖਾ ਲਓ ਫਿਰ ਬਣ ਕੇ ਤਿਆਰ ਆ ਚਾਹ ਦੇ ਨਾਲ ਇਧਰ ਆਪਾਂ ਟਰੇ ਲੈ ਲਈ ਆ ਆਪਾਂ ਨਾਲ ਲੈ ਲਈ ਟਮਾਟੋ ਕੇਚਪ ਚਾਹੋ ਤਾਂ ਖੱਟੀ ਮਿੱਠੀ ਇਮਲੀ ਦੀ ਵੀ ਚਟਨੀ ਲੈ ਸਕਦੇ ਆ ਉਸ ਦੀ ਵੀ ਮੇਰੀ ਵੀਡੀਓ ਪਾਈ ਹੋਈ ਆ ਤੁਸੀਂ ਦੇਖ ਸਕਦੇ ਹੋ ਤੁਹਾਡਾ ਕਮੈਂਟ ਆਇਆ ਸੀਗਾ ਕਿ ਇਮਲੀ ਦੀ ਚਟਨੀ ਦੀ ਵੀਡੀਓ ਬਣਾ ਕੇ ਦਿਖਾਓ ਹਾਂਜੀ ਪਾਈ ਹੋਈ ਆ ਜਰੂਰ ਦੇਖੋ ਵੀਡੀਓ ਚੈਨਲ ਦੇ ਵਿੱਚ ਜਾ ਕੇ ਲਓ ਜੀ ਆਪਣੇ ਪਕੌੜੇ ਬਣ ਕੇ ਰੈਡੀ ਆ ਆਪਾਂ ਇਹਨਾਂ ਨੂੰ ਸਰਵ ਕਰ ਲਿਆ ਤੇ ਹੁਣ ਤੁਸੀਂ ਖਾਓ ਤੇ ਦੱਸੋ ਫਿਰ ਕਿਵੇਂ ਲੱਗੀ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਦੇਖਣ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਅਗਲੀ ਵੀਡੀਓ ਦੇ ਵਿੱਚ ਆਪਾਂ ਫੇਰ ਮਿਲਾਂਗੇ ਤਦ ਤੱਕ ਲਈ ਸਤਿ ਸ੍ਰੀ ਅਕਾਲ ਓਕੇ ਬਾਏ ਬਾਏ